इंडिया का सब तो वड्डा शोरूम है जिहड़ा अपना लुधियाने दे विच हैगा मोगा टायर्स प्राइवेट। हेलो जी, गुड मॉर्निंग। तो अज जोगे भाजी आए थे फगवाड़े। जोगे भाजी ने अपनी इनोवा के पवाने हैं टायर्स, जिहड़े की पवान आप जा रहे हैं अज इंडिया की सब तो वड्डी टायर शॉप ते लुधियाने मोंगा टायर्स। तो भाजी नूं पुछदे हैं कि स्पैशली होशियारपुर तो भाजी आए हैं कि होशियारपुर तो लुधियाने ही क्यों जा रहे हैं टायर्स चेंज करवाण? एक तो यार उत्थे वरायटी वधिया मिल जांदी है, नवी नवी वरायटियां, नवे नवे डिजाइन जी, ते होर अपनी सैटिस्फैक्शन हैगी उत्थे दी। अच्छा, पहला भी तुसीं उहनां कोल ही जांदे आ? ਇਸੇ ਗੱਡੀ ਦੇ ਦੂਜੀ ਵਾਰੀ ਪਵਾ ਲਏ ਆ। ਕਿਆ ਬਾਤ ਆ, ਮਤਲਬ ਕਿ ਉਹ ਚਲਾ ਲਏ ਹੰਡਾ ਲਏ, ਹਾਂਜੀ, ਫਿਰ ਪਵਾ ਲਏ, ਫਿਰ ਥਾਰ ਨੂੰ ਵੀ ਉੱਥੇ ਪਏ ਸੀਗੇ। ਓਕੇ, ਮਤਲਬ ਆਪਾਂ ਖੁਸ਼ ਹਾਂ। ਜੋਗੇ ਭਾਜੀ ਨੂੰ ਤੁਸੀਂ ਪਹਿਲਾਂ ਵੀ ਮੇਰੀਆਂ ਵੀਡੀਓਜ਼ ਦੇ ਵਿੱਚ ਦੇਖਿਆ ਹੋਣਾ, ਅਤੇ ਆਪਾਂ ਕਾਫੀ ਰਾਈਡਸ ਵੀ ਇਕੱਠੇ ਕਰ ਚੁੱਕੇ ਹਾਂ। ਅਤੇ ਸਾਡੇ ਨਾਲ ਜਾ ਰਹੇ ਆ ਮਾਧਵ ਜੀ, ਜਿਨ੍ਹਾਂ ਨੇ ਸਾਨੂੰ ਅੱਗੇ ਜਾ ਕੇ ਮਿਲਣਾ। ਹੈਲੋ ਭਾਜੀ, ਹੈਲੋ ਭਾਜੀ, ਕੀ ਹਾਲ ਚਾਲ? ਕੀ ਹਾਲ ਆ ਰਜਨ ਜੀ? ਬਹੁਤ ਵਧੀਆ ਭਾਜੀ। हेलो माधव भाजी, की हाल चाल? हेलो भाजी, की हाल है? बहुत वधिया। इहदे नाल नाल आपां माधव भाजी दा ड्रोन भी ठीक करवाण जा रहे हैं। आ ड्रोन एक्चुअली ना जदों आपां उड़ा रहे सी, उस तों बाद आ किसी पेड़ ते वज्जा ते उहदे नाल डिग गया। क्रॉस कर लिया आपां पंजाब दा सब तो महंगा टोल। ਭਾਜੀ ਕੀ ਹਾਲ ਚਾਲ? ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਮੈਨੂੰ ਇੱਥੇ ਮੋਂਗਾ ਟਾਇਰਸ ਦੇ ਮਿਲੇ ਪਾਰੁਲ ਚਾਵਲਾ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਪਾਰੁਲ ਚਾਵਲਾ ਔਰ ਮੇਰੇ ਚੈਨਲ ਦਾ ਨਾਮ ਹੈ ਪਾਰੁਲ ਚਾਵਲਾ ਨੌਲੇਜ ਅਨਪਲੱਗ, ਸ਼ਾਇਦ ਬਹੁਤ ਲੋਕਾਂ ਨੇ ਦੇਖਿਆ ਵੀ ਹੋਵੇਗਾ। ਸੋ ਵੈਸੇ ਭਾਜੀ ਸ਼ੂਟ ਕਰ ਰਹੇ ਸੀ ਤੇ ਸ਼ੂਟ ਕਰਦੇ ਕਰਦੇ ਮੈਂ ਕਿਹਾ ਭਾਜੀ ਤੁਸੀਂ ਕੀ ਸ਼ੂਟ ਕਰ ਰਹੇ ਹੋ, ਤਾਂ ਕਰਦੇ ਕਰਦੇ ਗੱਲਾਂ ਹੋਣ ਲੱਗ ਗਈਆਂ, ਗੱਲਾਂ ਦੇ ਵਿੱਚ ਫਿਰ ਆ ਗਿਆ ਕਿ ਇੱਕ ਸ਼ਾਟ ਵੀ ਲੈਂਦੇ ਹਾਂ, ਤਾਂ ਬਸ ਜਸਟ ਸ਼ਾਟ ਦੇ ਵਿੱਚ ਆਪਾਂ ਤੁਹਾਡੇ ਨਾਲ ਆ ਗਏ, ਵਿਰਾਜਮਾਨ ਹੋ ਗਏ। ਸੋ ਭਾਜੀ ਆਏ ਸੀ ਸਾਡੇ ਕੋਲ ਇੱਥੇ ਅਲੋਇਸ ਦੀ ਅਤੇ ਟਾਇਰਸ ਚੇਂਜ ਕਰਵਾਉਣ ਆਏ ਸੀ ਆਪਣੀ ਗੱਡੀ ਨੂੰ, ਔਰ ਭਾਜੀ ਨੂੰ ਮਿਲ ਕੇ ਬਹੁਤ ਹੀ ਮਜ਼ਾ ਆਇਆ। ਮੈਂ ਇੰਸਪਾਇਰ ਹੋ ਰਿਹਾ ਸੀ ਭਾਜੀ ਕਿੱਦਾਂ ਕਿੱਦਾਂ ਆਪਣੀ ਵੀਡੀਓਜ਼ ਬਣਾਉਂਦੇ ਨੇ, ਪਰ ਦੇਖਣਾ ਬਹੁਤ ਹੀ ਵਧੀਆ ਬਣਾਈਆਂ ਹੋਈਆਂ ਭਾਜੀ ਨੇ ਆਪਣੀ ਵੀਡੀਓਜ਼। ਚਲੋ ਬਹੁਤ ਵਧੀਆ ਭਾਜੀ, ਮੈਂ ਵੀ ਤੁਹਾਡੀ ਵੀਡੀਓ ਦੇਖੀ। ਆਈ ਥਿੰਕ ਇੱਕ ਰੈਸਟੋਰੈਂਟ ਖੁੱਲਿਆ ਸੀ ਹੁਣੀ ਸਕਾਈ, ਮੈਂ ਭਾਜੀ ਦੀ ਪਹਿਲਾਂ ਹੀ ਉਹ ਵੀਡੀਓ ਦੇਖੀ ਹੋਈ ਸੀ। ਮੈਂ ਏਅਰ ਡਾਈਨਿੰਗ ਵਾਲੀ ਪਾਈ ਸੀਗੀ ਉਹ ਵਾਲੇ। ਰਾਈਟ ਰਾਈਟ ਰਾਈਟ, ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ। ਬਟ ਹਾਂ, ਤੁਹਾਨੂੰ ਇੱਥੇ ਆ ਕੇ ਕਿੱਦਾਂ ਦਾ ਲੱਗਿਆ ਇਹ ਫੀਡਬੈਕ ਜ਼ਰੂਰ ਦੇਣਾ ਭਾਜੀ। ਫਗਵਾੜੇ ਤਾਂ ਇੰਨੀ ਵੱਡੀ ਕੋਈ ਸ਼ਾਪ ਹੈ ਨਹੀਂ ਟਾਇਰਸ ਦੀ, ਆਲ ਓਵਰ ਇੰਡੀਆ ਨਹੀਂ ਹੈਗੀ ਉਹ, ਹੈ ਨਾ? ਤੇ ਜੋ ਅਲੋਏ ਵੀਲਸ ਦੀ ਤੁਹਾਡੇ ਕੋਲ ਵੈਰਾਈਟੀ ਹੈ, ਜੋ ਟਾਇਰ ਸਾਈਜ਼ਸ ਹਰ ਤਰ੍ਹਾਂ ਦਾ ਅਵੇਲੇਬਲ ਹੈ ਇੱਥੇ, ਮੈਂ ਆ ਕੇ ਇੱਕ ਵਾਰ ਤਾਂ ਮੈਂ ਦੇਖਿਆ ਤੇ ਮੈਂ ਸੋਚਿਆ ਵਾਹ ਯਾਰ, ਇੱਦਾਂ ਦਾ ਵੀ ਕੁਝ ਹੈਗਾ ਇੰਨੇ। ਇੰਡੀਆ ਦਾ ਸਭ ਤੋਂ ਵੱਡਾ ਸ਼ੋਰੂਮ ਹੈ ਜਿਹੜਾ ਆਪਣਾ ਲੁਧਿਆਣੇ ਦੇ ਵਿੱਚ ਹੈਗਾ, ਮੋਂਗਾ ਟਾਇਰਸ ਪ੍ਰਾਈਵੇਟ ਲਿਮਟਿਡ। ਥਾਰਸ ਦੀ ਤਾਂ ਬਾਹਰ ਲਾਈਨ ਲੱਗੀ ਪਈ ਹੈ, ਥਾਰਸ ਦੀ, ਫੋਰਚੂਨਰਸ ਦੀ, ਮੈਨੂੰ ਲੱਗਦਾ ਸ਼ੋਰੂਮ ਤੋਂ ਨਿਕਲਦੀ ਹੈ ਤੇ ਗੱਡੀ ਤੁਹਾਡੇ ਕੋਲ ਆ ਜਾਂਦੀ ਹੈ। ਬਿਲਕੁਲ, ਸਭ ਤੋਂ ਪਹਿਲੇ ਸਾਡੇ ਕੋਲ ਆਉਂਦੀ ਹੈ, ਫਿਰ ਗੇੜੀ ਰੂਟ ਵਾਲੀ ਆਪਾਂ ਗੱਡੀ ਬਣਾਉਂਦੇ ਹਾਂ, ਫਿਰ ਗੇੜੀ ਰੂਟ ਤੇ ਜਾਂਦੀ ਹੈ। ਬਾਕੀ ਬਹੁਤ ਵਧੀਆ ਲੱਗਿਆ ਭਾਈ ਤੁਹਾਡਾ, ਥੈਂਕ ਯੂ, ਠੀਕ ਹੈ, ਥੈਂਕ ਯੂ। 10 ਤੋਂ 15 ਗੱਡੀਆਂ ਤਾਂ ਇੱਥੇ ਹਰ ਵਕਤ ਖੜੀਆਂ ਹੀ ਹੁੰਦੀਆਂ। ਸਵਿਫਟ ਤੋਂ ਲੈ ਕੇ ਫੋਰਚੂਨਰ ਤੱਕ ਸਾਰੀਆਂ ਗੱਡੀਆਂ ਇੱਥੇ ਅਸੀਂ ਦੇਖ ਲਈਆਂ। ਸਵਿਫਟ 'ਤੇ ਦੇਖੋ ਕਿੰਨਾ ਵਧੀਆ ਭਾਜੀ ਨੇ ਕੰਮ ਕਰਾਇਆ ਹੋਇਆ, ਜ਼ਬਰਦਸਤ ਭਾਜੀ ਉਹਨਾਂ ਦੀ ਕਾਰ ਹੈ ਜੀ। ਤੁਸੀਂ ਇੱਥੋਂ ਹੀ ਲੁਧਿਆਣੇ ਤੋਂ ਹੀ? ਹਾਂਜੀ, ਲੁਧਿਆਣੇ ਤੋਂ ਭਾਜੀ, ਅਸੀਂ ਆਏ ਹੈਡਲੈਟਾਂ ਲਵਾਉਣ ਆਏ ਹਾਂ। ਗੱਡੀ ਸਾਡੀ ਰੈਡੀ ਹੋ ਕੇ ਆ ਗਈ ਹੈ, ਆਹ ਵਾਲੇ ਅਸੀਂ ਅਲੋਇਜ਼ ਪਵਾਏ ਆ। ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਅਲੋਇਜ਼ ਕਿੱਦਾਂ ਦੇ ਲੱਗੇ। ਅਤੇ ਇਸ ਵਕਤ ਦੂਰੋਂ ਤੁਹਾਨੂੰ ਦਿਖਾਉਣਾ ਆਹ ਲੁੱਕ ਆ ਰਹੀ ਹੈ ਗੱਡੀ ਦੀ, ਬਹੁਤ ਵਧੀਆ ਲੱਗਿਆ। ਓਕੇ ਸਰ, ਓਕੇ ਭਾਜੀ, ਕਿੱਦਾਂ ਦੀ ਲੱਗੀ ਗੱਡੀ ਫਿਰ? ਬਹੁਤ ਵਧੀਆ ਭਾਜੀ, ਅਲੋਇਜ਼ ਵਧੀਆ ਲੱਗਦੇ ਪਏ? ਬਹੁਤ ਵਧੀਆ, ਭੁੱਖ ਲੱਗੀ ਹੁਣ ਬਸ।
ਭੁੱਖ ਲੱਗੀ ਆ ਹਾਂਜੀ ਚਲੀਏ ਫਿਰ ਆਪਣੀ ਅਗਲੀ ਜਗ੍ਹਾ ਵੀਰ ਜੀ ਚਾਂਪ ਵਾਲੇ ਹਾਂਜੀ ਫਿਰ ਕੰਮ ਦੂਜਾ।